ਸਸਕਾਰ ਜੀ ਤੁਸੀਂ ਦੇਖ ਰਹੇ ਹੋ ਜੀਤਪਬ ਟੂਵੀ ਮੈਂ ਹਾਂ ਸੁਰਿੰਦਰਪਾਲ ਸਿੰਘ ਵਰਪਾਲ ਪੰਜਾਬ ਵਿਧਾਨ ਸਭਾ ਚੋਣਾਂ ਦਾ ਜਾਦੂ ਲੋਕਾਂ ਦੇ ਸਿਰ ਤੇ ਚੜ ਕੇ ਬੋਲ ਰਿਹਾ ਹੈ ਭਾਵੇਂ ਕਿ ਜਮੀਨ ਹਕੀਕਤ ਤੇ ਉਸ ਪੱਧਰ ਦਾ ਰੰਗ ਅਜਿਹਾ ਦੇਖਣ ਨੂੰ ਨਹੀਂ ਮਿਲ ਰਿਹਾ ਜਿਸ ਤਰੀਕੇ ਨਾਲ ਪਿਛਲੀਆਂ ਵਿਧਾਨ ਸਭਾ ਚੋਣਾਂ ਹੁੰਦੀਆਂ ਰਹੀਆਂ ਨੇ ਕਿਉਂਕਿ ਇਸ ਵਾਰ ਕਰੋਨਾ ਦੇ ਕਰਕੇ ਬਹੁਤ ਸਾਰੀਆਂ ਜਿਹੜੀਆਂ ਹਦਾਇਤਾਂ ਨੇ پابੰਦੀਆਂ ਨੇ ਉਹ ਲਗਾਈਆਂ ਗਈਆਂ ਨੇ ਪਰ ਉਸ ਦੇ ਬਾਵਜੂਦ ਵੀ ਲੋਕਾਂ ਦੇ ਵਿੱਚ ਵਿਧਾਨ ਸਭਾ ਚੋਣਾਂ ਲੈ ਕੇ ਕਾਫੀ ਦਿਲਚਸਪੀ ਦਿਖਾਈ ਦੇ ਰਹੀ ਹੈ ਅਸੀਂ ਗੱਲ ਕਰਾਂਗੇ ਅੱਜ ਕੁਝ ਜਹੇ ਕਲਾਕਾਰਤ ਨਾਲ ਜਿਸਨੇ ਤੁਥਪਿਕ ਭਾਵ ਕੇ ਦੰਦ ਸਾਫ ਕਰਨ ਵਾਲੇ ਤਿੱਲੇ ਜਿਹੜੇ ਨੇ ਉਹਨਾਂ ਦੇ ਨਾਲ ਇੱਕ ਖਾਸ ਕਲਾਕਾਰੀ ਜਿਹੜੀ ਕੀਤੀ ਹੋਈ ਆ ਤਾਂ ਇੱਕ ਵਿਸ਼ੇਸ਼ ਮਾਡਲ ਤਿਆਰ ਕੀਤਾ ਗਿਆ ਹੈ ਤਾਂ ਜੋ ਲੋਕਾਂ ਨੂੰ ਵੋਟ ਪਾਉਣ ਦੇ ਲਈ ਪ੍ਰੇਰਿਤ ਕੀਤਾ ਜਾ ਸਕੇ ਇਸ ਤੋਂ ਪਹਿਲਾਂ ਵੀ ਉਸ ਕਲਾਕਾਰ ਨੇ ਬਹੁਤ ਸਾਰੀ ਅਦਭੁਤ ਮਾਡਲ ਤਿਆਰ ਕੀਤੀ ਨੇ ਜਿਸ ਨੇ ਆਪਣੇ ਨਾਮਣਾ ਜਿਹੜਾ ਏ ਉਹ ਵਿਸ਼ੇ ਭਰ ਦੇ ਵਿੱਚ ਖਟਿਆਏ ਮੇਰੀ ਮੁਰਾਦ ਹੈ ਅਧਿਆਪਕ ਬਲਜਿੰਦਰ ਸਿੰਘ ਮਾਨ ਮਾਨ ਸਾਹਿਬ ਬਹੁਤ ਬਹੁਤ ਮੁਬਾਰਕਾਂ ਜੀ ਪਹਿਲਾਂ ਤਾਂ ਤੁਸੀਂ ਇਹ ਮਾਡਲ ਖਾਸ ਤੌਰ ਤੇ ਤਿਆਰ ਕੀਤਾ ਹੈ ਕਾਫੀ ਚਰਚਾ ਦੇ ਵਿੱਚ ਹੈ ਇਸ ਵਾਰ ਇਹ ਫਿਰ ਮਾਡਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਇਹ ਮਾਡਲ ਮੈਂ ਜਿਹੜਾ ਤਿਆਰ ਕੀਤਾ ਹੈ ਇਲੈਕਸ਼ਨ ਨੂੰ ਦੇਖਦੇ ਹੋਏ ਕੀਤਾ ਅੱਜ ਵੋਟਰਸ ਡੇ ਹੈ ਉਹਦੇ ਸੰਬੰਧ ਵਿੱਚ ਇੱਕ ਛੋਟਾ ਜਿਹਾ ਮਾਡਲ ਮੈਂ ਤਿਆਰ ਕੀਤਾ ਇਹਦੇ ਤੇ ਇੱਕ ਮੈਂ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਯੂਅਰ ਵੋਟ ਮੈਟਰਸ ਇਹ ਬਹੁਤ ਵੱਡੀ ਗੱਲ ਹੈ ਕਿ ਸਾਨੂੰ ਲੋਕਤੰਤਰ ਨੇ ਵੋਟ ਪਾਉਣ ਦਾ ਅਧਿਕਾਰ ਦਿੱਤਾ ਹੈ ਤੇ ਉਹਦੇ ਵਿੱਚ ਕੁਝ ਮੈਂ ਮਹਿਸੂਸ ਕਰਦਾ ਕਿ ਲੋਕਾਂ ਦੇ ਵਿਚਾਰ ਹੁੰਦੇ ਆ ਜਿਹੜੇ 네ਗੇਟਿਵ ਪੱਖ ਨੂੰ ਜਾਂਦੇ ਆ ਉਹਨਾਂ ਨੂੰ ਮੈਂ ਥੋੜਾ ਸੁਧਾਰਨ ਦੀ ਕੋਸ਼ਿਸ਼ ਕੀਤੀ ਹੈ ਕਿ ਲੋਕਾਂ ਨੂੰ ਮੋਟੀਵੇਟ ਕੀਤਾ ਜਾਵੇ ਤੇ ਦੱਸਿਆ ਜਾਵੇ ਵੀ ਵੋਟ ਪਾਉਣ ਦਾ ਅਧਿਕਾਰ ਕਿੰਨਾ ਵੱਡਮੁੱਲਾ ਹੈ ਅਕਸਰ ਅਸੀਂ ਜਦੋਂ ਲੋਕਾਂ ਦੇ ਵਿੱਚ ਵਿਚਰਦੇ ਹਾਂ ਤਾਂ ਖਾਸ ਤੌਰ ਤੇ ਜਿਹੜਾ ਪੜਿਆ ਲਿਖਿਆ ਤਬਕਾ ਹੈ ਉਹ ਅਕਸਰ ਇਹ ਗੱਲ ਕਰਦਾ ਹੈ ਕਿ ਅਸੀਂ ਉਹਨਾਂ ਲੋਕਾਂ ਨੂੰ ਕਿ ਵੋਟ ਪਾਈਏ ਕਿਉਂਕਿ ਜਿਹੜਾ ਜਿਹੜਾ ਸਿਸਟਮ ਹੈ ਕਾਫੀ ਪ러스ਟ ਹੋ ਚੁੱਕਾ ਹੈ ਨੇਤਾ ਜਿਹੜੇ ਉਹਨਾਂ ਤੋਂ ਵਿਸ਼ਵਾਸ ਨਹੀਂ ਆ ਲੋਕ ਵੋਟ ਪਾਉਣ ਤੋਂ ਗਰੇਜ਼ ਕਰਦੇ ਨੇ ਅਜੇ ਲੋਕਾਂ ਨੂੰ ਤੁਸੀਂ ਕਿਵੇਂ ਜਿਹੜਾ ਮੋਟੀਵੇਟ ਕਰ ਸਕਦੇ ਹੋ ਮੈਂ ਇਹੋ ਹੀ ਚੀਜ਼ ਦੇਖੀ ਕਿ ਲੋਕੀ ਵੋਟ ਪਾਉਣ ਤੋਂ ਗਰੇਜ਼ ਕਰਦੇ ਨੇ ਤੇ ਮੇਰਾ ਸਲੋਗਨ ਵੀ ਹੋਇ ਸੀ ਕਿ ਯੂਅਰ ਵੋਟ ਮੈਟਰਸ ਹਰ ਇਨਸਾਨ ਦੀ ਇੱਕ ਇੱਕ ਵੋਟ ਜਿਹੜੀ ਆ ਉਹ ਲੋਕਤੰਤਰ ਦੀ ਨੀਂਹ ਰੱਖਦੀ ਆ ਲੋਕਾਂ ਦਾ ਵਿਚਾਰ ਹੁੰਦਾ ਹੈ ਕਿ ਕੋਈ ਜ਼ਰੂਰੀ ਕੰਮ ਹੈ ਪੈ ਗਿਆ ਮੈਂ ਉਹ ਕਰ ਲਾਂ ਮੇਰੀ ਇੱਕ ਵੋਟ ਨਾਲ ਕੀ ਫਰਕ ਪਊਗਾ ਲੇਕਿਨ ਇੱਕ ਇੱਕ ਵੋਟ ਨਾਲ ਫਰਕ ਪੈਂਦਾ ਸਰਕਾਰ ਜਿਹੜੀ ਆ ਉਹ ਇੱਕ ਇੱਕ ਵੋਟ ਦੇ ਸਿਰ ਤੇ ਹੀ ਟਿਕੀ ਹੁੰਦੀ ਹੈ ਇੱਕ ਵੋਟ ਨਾਲ ਐਮਐਲਏ ਐਮਪੀ ਬਣ ਸਕਦਾ ਹੈ ਤੇ ਹਾਰ ਸਕਦਾ ਆ ਜਿਹੜਾ ਤੁਸੀਂ ਮਾਡਲ ਤਿਆਰ ਕੀਤਾ ਗਿਆ ਹੈ ਕਿ ਕੁਝ ਮਟੀਰੀਅਲ ਤੁਸੀਂ ਇਹਦੇ ਵਿੱਚ ਵਰਤਿਆ ਹੋਇਆ ਹੈ ਇਹ ਟੁੱਥਪਿਕ ਮੈਂ ਯੂਜ਼ ਕੀਤੀ ਤੇ ਵਿੱਚ 18400 ਟੁੱਥਪਿਕ ਯੂਜ਼ ਕੀਤੀ ਆ 16 ਦਿਨਾਂ ਦਾ ਸਮਾਂ ਮੈਨੂੰ ਲੱਗ ਗਿਆ ਸੀ ਇਹਨੂੰ ਬਣਾਉਣ ਵਿੱਚ ਤੇ ਇਹ ਮੈਂ ਇੱਕ ਮੋਹਰ ਦਾ ਮਾਡਲ ਬਣਾਇਆ ਜਿਹੜੀ ਸਟੈਂਪ ਲੱਗਦੀ ਆ ਤੇ ਇਲੈਕਸ਼ਨ ਦਾ ਸਿੰਬਲ ਆ ਵੀ ਇਹ ਉਹ ਮੋਹਰ ਹੈ ਜਿਹੜੀ ਲੋਕਾਂ ਨੇ ਲਗਾਉਣੀ ਆ ਤੇ ਸਰਕਾਰ ਬਣਾਉਣੀ ਆ ਇਸ ਤੋਂ ਪਹਿਲਾਂ ਵੀ ਤੁਸੀਂ ਕਾਫੀ ਮਾਡਲ ਤਿਆਰ ਕੀਤੇ ਕਿਹੜੇ ਕਿਹੜੇ ਮਾਡਲ ਨੇ ਜਿਹੜੇ ਚਰਚਾ ਦੇ ਵਿੱਚ ਰਹੇ ਨੇ ਹੁਣ ਤੱਕ ਤੁਹਾਡੇ ਮੈਂ ਕਾਫੀ ਮਾਡਲ ਤਿਆਰ ਕਰ ਚੁੱਕਾ ਟੁੱਥਪਿਕ ਵਿੱਚ ਇੱਕ ਛੇਦਿਆਜਮ ਭਗਤ ਸਿੰਘ ਦਾ ਮੈਂ ਮਾਡਲ ਤਿਆਰ ਕੀਤਾ ਸੀ ਉਹਦਾ ਮੈਨੂੰ ਆਰਡਰ ਕਾਰਡ ਮਿਲਿਆ ਇੱਕ 550 ਸਾਲਾ ਗੁਰਪ੍ਰਬ ਦੇ ਮੌਕੇ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੇ ਮੈਂ ਬਣਾਇਆ ਸੀ 470 ਫੁੱਟ ਦਾ ਮੈਂ 플ੈਗ ਬੈਂਡ ਬਣਾ ਚੁੱਕਾ ਹੁਣ ਤੱਕ ਮੇਰੇ 6 ਆਰਡਰ ਕਾਰਡ ਆ ਚੁੱਕੇ ਆ ਤੇ ਮੈਂ ਟੁੱਥਪਿਕ 'ਚ ਕੰਮ ਕਰਦਾ ਮੈਨੂੰ ਅੱਛਾ ਲੱਗਦਾ ਕੁਝ ਡਿਫਰੈਂਟ ਚੀਜ਼ ਬਣਾਈ ਜਾਵੇ ਜਿਹੜੇ ਲੋਕਾਂ ਵਾਸਤੇ ਆਕਰਸ਼ਣ ਦਾ ਕੇਂਦਰ ਬਣੇ ਬਹੁਤ ਸਾਰੀਆਂ ਜਿਹੜੀਆਂ ਕਲਾਕ੍ਰਿਤੀਆਂ ਹੁੰਦੀਆਂ ਨੇ ਕਾਮਨ ਹੁੰਦੀਆਂ ਨੇ ਪਰ ਇਹ ਤੁਥ ਪਿਕ ਦਾ ਹੀ ਆਈਡੀਆ ਕਿਉਂ ਤੁਹਾਡੇ ਦਿਮਾਗ ਦੇ ਵਿੱਚ ਆਇਆ 25 ਸਾਲ ਤੋਂ ਮੈਂ ਪੇਂਟਿੰਗ ਕਰ ਰਿਹਾ ਹਾਂ ਲੇਕਿਨ ਪੇਂਟਿੰਗ ਲੋਕੀ ਸਮਝਦੇ ਕਿ ਆਰਟ ਮੇਰੀ ਪੇਂਟਿੰਗ ਨਾਲ ਜੁੜੀ ਹੋਈ ਹੈ ਲੇਕਿਨ ਆਰਟ ਉਹ ਚੀਜ਼ ਹੈ ਜਿਹੜੀ ਅੱਖ ਦਾ ਕੇਂਦਰ ਬਣਦੀ ਹੈ ਲੋਕਾਂ ਨੂੰ ਆਕਰਸ਼ਿਤ ਕਰਦੀ ਹੈ ਆਰਟ ਕਾਮਯਾਬ ਉਹ ਹੀ ਹੈ ਜਿਹੜੀ ਅੱਖ ਦਾ ਕੇਂਦਰ ਬਣੇ ਤੇ ਆਰਟਿਸਟ ਵੀ ਉਹ ਹੀ ਕਾਮਯਾਬ ਹੈ ਜਿਹੜਾ ਲੋਕਾਂ ਦਾ ਧਿਆਨ ਖਿੱਚਲੇ ਤੇ ਹੁਣ ਜਿਤਨਾ ਜਿਕਰ ਹੁੰਦਾ ਟੂਥਪਿਕ ਲੋਕੀ ਪਹਿਲੇ ਸਮਝਦੇ ਨਹੀਂ ਟੂਥਪਿਕ ਤੇ ਫਿਰ ਉਹਦੇ ਨਾਲ ਮਹਿਸੂਸ ਕਰਦੇ ਵੀ ਟੂਥਪਿਕ ਨਾਲ ਚੀਜ਼ ਤੇ ਇਹੋ ਹੀ ਇਸ ਚੀਜ਼ ਦੀ ਕਾਮਯਾਬੀ ਆ ਤੁਸੀਂ ਇਹ ਸਾਰਾ ਗੁਣ ਕਿੱਥੋਂ ਲਿਆ ਸੀ ਕਿਵੇਂ ਤੁਹਾਡੇ ਮਨ ਦੇ ਵਿੱਚ ਜੇਨ ਚ ਆਇਆ ਤੇ ਕਿੱਥੋਂ ਤੁਸੀਂ ਸਾਰੀ ਜਿਹੜੀ ਕਰਾ ਲਈ ਬਚਪਨ ਤੋਂ ਹੀ ਮੈਂ ਡਰਾਇੰਗ ਦਾ ਬੜਾ ਸ਼ੌਕੀਨ ਸੀ ਛੋਟੇ ਹੁੰਦੇ ਆ ਤੇ ਮੇਰੇ ਫਾਦਰ ਸਾਹਿਬ ਟੀਚਰ ਸੀ ਤੇ ਉਹਨਾਂ ਦੇਖਣਾ ਕਿ ਇਹ ਡਰਾਇੰਗ ਦਾ ਹੀ ਕੰਮ ਕਰਦਾ ਰਹਿੰਦਾ ਤੇ ਮੈਨੂੰ ਹਾਸੇ ਭਾਣੇ ਕਹਿਣਾ ਕਿ ਤੈਨੂੰ ਨਾ ਡਰਾਇੰਗ ਟੀਚਰ ਬਣਾ ਦੇਣਾ ਤੇ ਉਹ ਗੱਲ ਕਿਦੋਂ ਸੱਚ ਹੋ ਗਈ ਮੈਂ ਐਜ਼ ਅ ਆਰਡਨ ਕraft ਟੀਚਰ ਹੀ ਜੁਆਇਨ ਕੀਤਾ ਸੀ 16 ਵਿੱਚ ਮੇਰੀ ਪ੍ਰਮੋਸ਼ਨ ਹੋ ਗਈ ਹੁਣ ਮੈਂ ਐਸਐਸ ਮਾਸਟਰ ਦੇ ਤੌਰ ਤੇ ਸੇਵਾ ਨਿਭਾ ਰਿਹਾ ਹਾਂ ਆ ਤੁਸੀਂ ਜਿਵੇਂ ਦੱਸਿਆ ਕਿ ਸਕੂਲ ਦੇ ਵਿੱਚ ਤੁਸੀਂ ਸੇਵਾ ਨਿਭਾ ਰਹੇ ਹੋ ਬੱਚਿਆਂ ਨੂੰ ਵੀ ਇਸ ਕਲਾ ਦੇ ਨਾਲ ਜੋੜਿਆ ਜਾ ਰਿਹਾ ਹੈ ਕਿਸ ਤਰੀਕੇ ਨਾਲ ਤੁਸੀਂ ਉਹਨਾਂ ਨੂੰ ਵੀ ਪ੍ਰੇਰਿਤ ਕਰਦੇ ਹੋ ਮੇਰੀ ਕਲਾ ਦਾ ਮੁੱਲ ਉਦੋਂ ਹੀ ਪੈਂਦਾ ਜਦੋਂ ਮੇਰੇ ਬੱਚੇ ਮੇਰੇ ਸਟੂਡੈਂਟ ਦਾ ਧਿਆਨ ਕੇਂਦਰਿਤ ਹੁੰਦਾ ਉਹ ਖਿੱਚਦੇ ਬੰਦੇ ਆ ਉਹ ਮੇਰੇ ਨਾਲ ਫ੍ਰੈਂਡਲੀ ਹੋ ਜਾਂਦੇ ਆ ਵੈਸੇ ਅਧਿਆਪਕ ਤੇ ਟੀਚਰ ਤੇ ਸਟੂਡੈਂਟ ਵਿੱਚ ਇੱਕ ਗੈਪ ਹੁੰਦਾ ਉਹ ਮੇਰੇ ਨਾਲ ਫਰੈਂਡਲੀ ਬਹੁਤ ਜਲਦੀ ਹੋ ਜਾਂਦੇ ਆ ਤੇ ਉਹ ਚੀਜ਼ਾਂ ਵੱਖਰੀਆਂ ਵੱਖਰੀਆਂ ਚੀਜ਼ਾਂ ਬਣਾ ਕੇ ਲਿਆਉਂਦੇ ਆ ਤੇ ਮੈਨੂੰ ਯਾਦ ਹੈ ਕਿ ਮੇਰਾ ਇੱਕ ਸਟੂਡੈਂਟ 8th ਕਲਾਸ ਦਾ ਸਟੂਡੈਂਟ ਉਹ ਗਣੇਸ਼ ਦਾ ਮਾਡਲ ਬਣਾ ਕੇ ਲਿਆਇਆ ਗੱਤੇ ਨਾਲ ਤੇ ਉਹ ਮੈਂ ਹੁਣ ਸਮਝਦਾ ਸੀ ਕਿ ਵਾਉਣਾ ਤਾਂ ਠੀਕ ਹੈ ਜਦੋਂ ਕੋਈ ਚੀਜ਼ ਅਲੱਗ ਬਣਾਉਂਦਾ ਤੇ ਉਹਦਾ ਇਹੀ ਹੁੰਦਾ ਕਿ ਸਾਰੇ ਵੀ ਅਲੱਗ ਕੰਮ ਕਰਦੇ ਆ ਤੇ ਮੈਂ ਵੀ ਥੋੜਾ ਜਿਹਾ ਅਲੱਗ ਕਰਾਂ ਆ ਬਹੁਤ ساری ਅਸੀਂ ਕਲਾ ਦੇਖਦੇ ਆਂ ਤੇ ਖਾਸ ਤੌਰ ਦੇ ਉੱਤੇ ਹਰ ਡਾਕਟਰ ਬਣਨਾ ਚਾਹੁੰਦਾ ਬੱਚਾ ਕੋਈ ਇੰਜੀਨੀਅਰ ਬਣਨਾ ਚਾਹੁੰਦਾ ਹੈ ਕੋਈ ਖਾਸ ਤੌਰ ਤੇ ਸਿਆਸਤ ਦੇ ਵਿੱਚ ਜਾਣਾ ਚਾਹੁੰਦਾ ਹੈ ਇਸ ਕਲਾ ਦੇ ਵਿੱਚ ਕਾਫੀ ਲੋਕ ਆਟਾ ਆ ਰਹੇ ਨੇ ਕੀ ਕਾਰਨ ਮੰਨਦੇ ਹੋ ਤੁਸੀਂ ਸਾਡੇ ਲੋਕਾਂ ਦੀ ਟੈਂਡੈਂਸੀ ਇਹ ਬਣਦੀ ਹੈ ਕਿ ਅਸੀਂ ਪੈਸਾ ਕਮਾਉਣਾ ਪੈਸਾ ਕਮਾਉਣਾ ਪੈਸਾ ਤੁਸੀਂ ਉਹਦੇ ਚੋਂ ਕਮਾ ਸਕਦੇ ਜੇ ਜਿਹੜਾ ਤੁਸੀਂ ਪੂਰੇ ਪਰਫੈਕਟ ਜੇ ਮੈਂ ਇਹ ਮੰਨਦਾ ਕਿ ਅਗਰ ਤੁਸੀਂ ਪੈਂਚਰ ਹੀ ਲਾਉਂਦੇ ਜੇ ਸਾਈਕਲ ਨੂੰ ਤੇ ਤੁਹਾਡੇ ਵਰਗਾ ਪੈਂਚਰ ਕੋਈ ਨਾ ਲਾ ਸਕੇ ਤੇ ਡਾਕਟਰ ਸਾਰੇ ਡਾਕਟਰ ਵੀ ਕਾਮਯਾਬ ਨਹੀਂ ਹੁੰਦੇ ਡਿਗਰੀ ਮਿਲ ਸਕਦੀ ਹੈ ਲੇਕਿਨ ਕਾਮਯਾਬੀ ਉਹਨਾਂ ਲੋਕਾਂ ਚ ਜਿਨ੍ਹਾਂ ਚ ਪੈਸ਼ਨ ਆ ਤੇ ਅਸੀਂ ਬੱਚਿਆਂ ਦਾ ਪੈਸ਼ਨ ਦੇਖੀ ਹੈ ਜਿਹੜਾ ਬੱਚਾ ਜਿੱਧਰ ਜਾ ਸਕਦਾ ਉਧਰ ਹੀ ਭੇਜ ਗਏ ਜੇ ਅਸੀਂ ਉਹਨੂੰ ਕਾਮਯਾਬ ਦੇਖਣਾ ਚਾਹੁੰਦੇ ਹਾਂ। ਤੁਸੀਂ ਬਹੁਤ ਅੱਛਾ ਮੈਸੇਜ ਦੇ ਰਹੇ ਹੋ ਲੋਕਾਂ ਨੂੰ ਵੋਟ ਪਾਉਣ ਵਾਸਤੇ ਪ੍ਰੇਰਿਤ ਕਰ ਰਹੇ ਹੋ ਪਰ ਜਿਵੇਂ ਦੇ ਹਾਲਾਤ ਅੱਜ ਦੀ ਡੇਟ ਦੇ ਵਿੱਚ ਬਣੇ ਹੋਏ ਨੇ ਹਰ ਆਇਆ ਗਿਆ ਮਤਲਬ ਹਰ ਜਿਹੜਾ ਕੈਂਡੀਡੇਟ ਹੈ ਜਿਸ ਨੂੰ ਵੋਟ ਮਤਲਬ ਟਿਕਟ ਨਹੀਂ ਮਿਲਦੀ ਉਹ ਦੂਸਰੀਆਂ ਪਾਰਟੀਆਂ ਚ ਅਪਰੋਚ ਕਰ ਰਿਹਾ ਹੈ ਉਹ ਪਤਾ ਨਹੀਂ ਲੱਗਦਾ ਰਾਤ ਕਿਹੜੀ ਪਾਰਟੀ ਚ ਜਾਂ ਸਵੇਰੇ ਕਿਹੜੀ ਪਾਰਟੀ ਦੇ ਵਿੱਚ ਇਹ ਸਾਰੇ ਵਰਤਾਰੇ ਨੂੰ ਦੇਖ ਕੇ ਤੁਸੀਂ ਕੀ ਮਹਿਸੂਸ ਕਰਦੇ ਹੋ ਜਿਹੜਾ ਅੱਜ ਦੀ ਡੇਟ ਦੇ ਵਿੱਚ ਚੱਲ ਰਿਹਾ ਹੈ ਦੇਖੋ ਇਹ ਲੋਕਤੰਤਰ ਹੈ ਨਾ ਸਭ ਤੋਂ ਵੱਡੇ ਲੋਕਤੰਤਰ ਵਿੱਚ ਅਸੀਂ ਬੈਠੇ ਹਾਂ ਲੋਕਤੰਤਰ ਚ ਇਹ ਕਛ ਹ ਅਗਰ ਤੁਸੀਂ ਪੋਲ ਸਾਇੰਸ ਪੜ੍ਹਦੇ ਹੋ ਤੇ ਉਹਦੇ ਚ ਇਹੋ ਕੁਝ ਲਿਖਿਆ ਹੈ ਇਹ ਦਲ ਬਦਲੋ ਵੀ ਹੁੰਦੇ ਲੋਕ ਸਮੇਂ ਦੀ ਨਜ਼ਾਕਤ ਵੀ ਦੇਖਦੇ ਆ ਇਹ ਦੇਖਦੇ ਹਵਾ ਕਿੱਧਰ ਦੀ ਹੈ ਇਹ ਸਭ ਲੋਕਤੰਤਰ ਦੇ ਮਤਲਬ ਚਲਕੀਆਂ ਨੇ ਤੇ ਜੋ ਤੁਹਾਨੂੰ ਦੇਖਣ ਨੂੰ ਮਿਲ ਰਹੀਆਂ ਇਹ ਆਮ ਹੁੰਦੀਆਂ ਲੋਕਤੰਤਰ ਚ ਆਮ ਹੈ ਗੱਲ ਅੱਜ ਡਿਪਟੀ ਕਮਿਸ਼ਨਰ ਸਾਹਿਬ ਬੋਲੋ ਮੈਂ ਤੁਹਾਨੂੰ ਖਾਸ ਤੌਰ ਤੇ ਜਿਹੜਾ ਬੁਲਾਇਆ ਗਿਆ ਸਨਮਾਨ ਕੀਤਾ ਦਿੱਤਾ ਗਿਆ ਤੁਹਾਨੂੰ ਕਿਵੇਂ ਦਾ ਮਹਿਸੂਸ ਹੁੰਦਾ ਜਦੋਂ ਬਹੁਤ ਤੁਹਾਡਾ ਤੁਹਾਡੇ ਕੀਤੇ ਹੋਏ ਕੰਮ ਨੂੰ ਸਲਾਉਂਦਾ ਹੈ ਅੱਜ ਡੀਸੀ ਸਾਹਿਬ ਨੇ ਮੈਨੂੰ ਬੁਲਾਇਆ ਸੀ ਤੇ ਬਹੁਤ ਐਪਰੀਸ਼ੀਏਟ ਕੀਤਾ ਉਹਨਾਂ ਨੂੰ ਬੜਾ ਵਧੀਆ ਲੱਗਾ ਤੇ ਉਹਨਾਂ ਨੇ ਦੇਖਦੇ ਆ ਕਿ ਆ ਟੁੱਥਪਿਕ ਨਾ ਤੇ ਮੈਂ ਕਿਹਾ ਹਾਂਜੀ ਮਤਲਬ ਇਹ ਹੁੰਦੀ ਹੈ ਚੀਜ਼ ਤੁਹਾਡੇ ਆਰਟ ਦੀ ਕਾਮਯਾਬੀ ਅਗਰ ਤੁਹਾਨੂੰ ਅਫਸਰ ਲੋਗ ਵੀ ਤੁਹਾਡੇ ਕੰਮ ਤੋਂ ਪਛਾਣਨ ਤੇ ਮੈਨੂੰ ਬੜਾ ਮਾਣ ਮਹਿਸੂਸ ਹੋਇਆ ਤੇ ਉਹਨਾਂ ਨੇ ਕਿਹਾ ਕਿ ਇਹ ਮਾਡਲ ਮੇਰੇ ਆਫਿਸ ਦੀ ਸ਼ੋਭਾ ਵਧਾਊਗਾ ਤੇ ਇਹ ਦੂਜਿਆਂ ਨੂੰ ਵੀ ਪ੍ਰੇਰਿਤ ਕਰੂਗਾ ਤੇ ਮੈਂ ਇਹਦੇ 'ਚ ਸਮਝਦਾ ਕਿ ਮੇਰੀ ਕਾਮਯਾਬੀ ਹੈ ਪੂਰੇ ਜ਼ਿਲ੍ਹੇ ਦਾ ਜਿਹੜਾ ਬਾਸ ਡੀਸੀ ਹੁੰਦਾ ਉਸ ਆਫਿਸ ਦੇ ਵਿੱਚ ਇਹ ਮਾਡਲ ਐਸ ਵਲੇ ਜਿਹੜਾ ਰੱਖਿਆ ਗਿਆ ਹੈ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਮੈਂ ਕਿਹਾ ਕਿ ਮੇਰੇ ਵਾਸਤੇ ਬੜੀ ਮਾਨ ਦੀ ਗੱਲ ਹੈ ਕਿ ਮੈਂ ਇੰਨਾ ਮਹਿਸੂਸ ਕਰ ਰਿਹਾ ਕਿ ਵੈਸੇ ਮੈਂ ਸੋਚਿਆ ਨਹੀਂ ਸੀ ਕਿ ਇਸ ਪੱਧਰ ਤੱਕ ਇਹ ਕਾਮਯਾਬੀ ਹੋਏਗੀ ਤੇ ਮੇਰਾ ਜਿਹੜਾ ਬਣਾਉਣ ਦਾ ਮਕਸਦ ਸੀ ਉਹ ਅੱਜ ਫੁੱਲਫਿਲ ਹੋ ਗਿਆ ਕਿ ਮੈਂ ਸਮਝਦਾ ਕਿ ਅੱਜ ਕਾਮਯਾਬੀ ਹੈ ਬੱਚਿਆਂ ਨੂੰ ਕੀ ਤੁਸੀਂ ਮੈਸੇਜ ਦੇਣਾ ਚਾਹੁੰਦੇ ਹੋ ਇਸ ਆਰਟ ਤੇ ਨਾਲ ਜੁੜਨ ਦੇ ਲਈ ਆਰਟ ਨਾਲ ਜੁੜੋ ਮੈਂ ਫਿਰ ਕਹਿੰਦਾ ਕਿ ਅਗਰ ਤੁਸੀਂ ਕਾਮਯਾਬ ਹੋਣਾ ਚਾਹੁੰਦੇ ਹੋ ਪੈਸਾ ਬੜਾ ਜ਼ਰੂਰੀ ਹੈ ਤੇ ਉਹਦੇ ਨਾਲ ਕਾਮਯਾਬੀ ਤੁਸੀਂ ਕਿਸੇ ਵੀ ਕੰਮ ਵਿੱਚ ਨੂੰ ਫੜੋ ਕੰਮ ਉਹਨੂੰ ਕਰੋ ਜਿਹੜੇ ਚ ਤੁਹਾਡਾ ਪੈਸ਼ਨ ਹੈ ਤੁਹਾਡਾ ਦਿਲ ਕਰਦਾ ਹੈ ਤੁਸੀਂ ਉਸ ਕੰਮ ਨੂੰ ਫੜੋ ਤੇ ਕਾਮਯਾਬੀ ਫਿਰ ਹੁੰਦੀ ਹੈ ਅਗਰ ਤੁਹਾਡੇ ਪੈਸ਼ਨ ਨਾਲ ਤੁਹਾਡੀ ਮਿਹਨਤ ਰਲ ਜਾਂਦੀ ਹੈ ਸਾਰਾ ਕੁਝ ਰਲ ਜਾਂਦਾ ਹੈ ਤੇ ਫਿਰ ਉਹ ਚ ਕਾਮਯਾਬੀ ਆ ਤੇ ਅਸੀਂ ਕਹਿੰਦੇ ਹਾਂ ਕਿ ਫੀਲਡ ਬੜੇ ਹੁੰਦੇ ਆ ਉਹਦੇ ਵਿੱਚ ਤੁਸੀਂ ਜਾਓ ਜਿਹਦੇ ਚ ਤੁਹਾਡਾ ਦਿਲ ਕਰਦਾ ਬਹੁਤ ਬਹੁਤ አመਗੀ ਥੈਂਕ ਯੂ ਸਰੀ ਸੋਇਸਨ ਆਰਟਿਸਟ ਅਤੇ ਅਧਿਆਪਕ ਬਲਜਿੰਦਰ ਸਿੰਘ ਮਾਨ ਜਿਨ੍ਹਾਂ ਨੇ ਖਾਸ ਤੌਰ ਤੇ ਵਿਸ਼ੇਸ਼ ਮਾਡਲ ਤਿਆਰ ਕੀਤਾ ਗਿਆ ਤੁਥਬਿਕ ਦੀ ਸਹਾਇਤਾ ਦੇ ਨਾਲ ਤਾਂ 16 ਦਿਨਾਂ ਦਾ ਸਮਾਂ ਉਹਨਾਂ ਨੂੰ ਇਸ ਦੇ ਵਿੱਚ ਲੱਗਾ ਸੀ ਤੇ ਇਸ ਤੋਂ ਪਹਿਲਾਂ ਬਹੁਤ ਸਾਰੇ ਮਾਡਲ ਤਿਆਰ ਕਰ ਚੁੱਕੇ ਨੇ ਜਿਹੜੇ ਵਰਲਡ ਰਿਕਾਰਡ ਆਪਣਾ ਬਣਾ ਚੁੱਕੇ ਨੇ Render Singh also render Pal Singh aur